ਸਰ ਦੱਸ ਦਿਓ ਜਿਹੜਾ ਨਵਾਂ ਹੁਕਮ ਆਇਆ ਉਡੀਸਾ ਵੱਲੋਂ ਜਿਹੜੇ ਨਵੇਂ ਦੇਸ਼ ਹੈ ਕੀ ਨੇ ਪੂਰਨ ਤੌਰ 'ਤੇ ਕਰਫਿਊ ਲੱਗ ਗਿਆ ਜਿਹੜਾ ਪੂਰਨ ਤੌਰ 'ਤੇ ਕਰਫਿਊ ਲੱਗ ਗਿਆ ਕੋਈ ਵੀ ਬੰਦਾ ਬਾਹਰ ਨਜ਼ਰ ਨਹੀਂ ਆਊਗਾ ਸਖਤੀ ਨਾਲ ਲਾਗੂ ਕੀਤਾ ਜਾਊਗਾ ਅਗਲੇ ਹੁਕਮ ਤੱਕ ਜਦੋਂ ਅਗਲਾ ਹੁਕਮ ਕੋ ਆਊਗਾ ਫਿਰ ਦੇਖਾਂਗੇ ਪੂਰਨ ਤੌਰ 'ਤੇ ਕਰਫਿਊ ਲੱਗ ਗਿਆ ਕੋਈ ਵੀ ਬੰਦਾ ਸੜਕ 'ਤੇ ਨਜ਼ਰ ਨਹੀਂ ਆਊਗਾ ਬਾਕੀ ਮੈਡੀਕਲ ਸਟੋਰਾਂ ਵਾਸਤੇ ਜੋ ਵੀ ਹੁਕਮ ਆਵੇ ਦੱਸਾਂਗੇ ਦੁਬਾਰੇ ਪਰ ਹੁਣ ਫਿਲਹਾਲ ਸਾਡਾ ਇਹ ਮਕਸਦ ਹੈ ਵੀ ਜਿਹੜਾ ਕਰਫਿਊ ਲੱਗਿਆ ਪੂਰਨ ਤੌਰ 'ਤੇ ਇਹਦਾ ਸਾਰੇ ਵਸਨੀਕ ਸਾਨੂੰ ਸਹਿਯੋਗ ਦੇਣ ਇਹ ਪੂਰਨ ਕਰਫਿਊ ਲੱਗਣ ਤੋਂ ਬਾਅਦ ਹੀ ਇਹ ਕੰਟਰੋਲ 'ਚ ਹੋਣਾ ਸੀ ਜਿਹੜਾ ਕਿ ਹੁਣ ਲੱਗ ਚੁੱਕਾ ਹੈ ਹੁਣ ਮੈਂ ਬੇਨਤੀ ਕਰਦਾ ਪਲੀਜ਼ ਕੋਈ ਵੀ ਵਿਅਕਤੀ ਬਾਹਰ ਨਾਲ ਨਿਕਲਣ ਜੇਕਰ ਨਿਕਲੇ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕੋਈ ਵੀ ਬੰਦਾ ਹੋਵੇ ਚਾਹੇ ਥੈਂਕ ਯੂ ਬਿਲਕੁਲ ਉਹਨਾਂ 'ਤੇ ਕਾਰਵਾਈ ਕੀਤੀ ਜਾਊਗੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊਗੀ ਬਿਲਕੁਲ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਖਤੀ ਨਾਲ ਕਰਨਾ ਅਸੀਂ 2 ਦਿਨ ਤੋਂ ਲਗਾਤਾਰ ਅਵੇਅਰਨੈਸ ਵਾਸਤੇ ਲੱਗੇ ਹੋਏ ਹਾਂ ਹੁਣ ਸਰਕਾਰ ਦਾ ਹੁਕਮ ਹੋਇਆ ਕਰਫਿਊ ਲਾਉਣ ਦਾ ਅਸੀਂ ਹੁਣ ਪੂਰਨ ਤੌਰ 'ਤੇ ਕਰਫਿਊ ਲੱਗਿਆ ਸਾਡੇ ਸਾਰੀ ਪੁਲਿਸ ਬਾਹਰ ਹੈ ਅਤੇ ਪਲੀਜ਼ ਸਾਡਾ ਸਹਿਯੋਗ ਦਿਓ ਸਾਨੂੰ ਮਜਬੂਰ ਨਾ ਕਰੋ ਕਿਸੇ ਕੰਮ 'ਚ ਬਿਲਕੁਲ ਅਗਲੇ ਹੁਕਮ ਤੱਕ ਹੈ ਜਦੋਂ ਨਵਾਂ ਕੋਈ ਹੁਕਮ ਹੋਊਗਾ ਦੱਸ ਦਾਂਗੇ ਅਗਲਾ ਪੰਡਿਤ ਕਾਸ਼ੀ ਰਾਮ ਜੀ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਕਰਵਾਓ ਮਨਚਾਇਆ ਕੰਮ ਕਾਰੋਬਾਰ ਵਿੱਚ ਰੁਕਾਵਟ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਲਵ ਮੈਰਿਜ ਕਿੱਤਾ ਕਰਵਾਇਆ ਸੰਤਾਨਹੀਨਤਾ ਸੱਸ ਨੂੰ ਅਤੇ ਪਤੀ ਪਤਨੀ 'ਚ ਅਨਬਨ ਗੁਪਤ ਰੋਗ ਕੋਰਟ ਕੇਸ ਤਲਾਕ ਕਰਵਾਉਣਾ ਜਾਂ ਨਾ ਕਰਵਾਉਣਾ ਖੋ ਚੁੱਕਾ ਪਿਆਰ ਪਿਆਰ ਵਿੱਚ ਧੋਖਾ ਗੁਪਤ ਰੋਗ ਤੋਂ ਪਰੇਸ਼ਾਨ ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ ਹਰ ਸਮੱਸਿਆ ਦਾ ਘਰ ਬੈਠੇ ਸਮਾਧਾਨ ਕਰਵਾਓ ਪੰਡਿਤ ਕਾਸ਼ੀ ਰਾਮ ਜੀ ਅੱਜ ਹੀ ਫੋਨ ਕਰੋ